हेलो बच्चों, अज आपां करन जा रहे हाँ दो चलां विच रेखी समीकरण दे जोड़े। अपना है 10th दा थर्ड चैप्टर है, बड़ा इंपॉर्टेंट चैप्टर है राजे। पेपर दे विच एक 6 नंबर दा क्वेश्चन आना है, एक 2 नंबर दा क्वेश्चन आना है, तो तकरीबन 8 नंबर दा पेपर अपना इस टॉपिक दे विच आना है। 9th क्लास च आपां गल कर चुके हैं इस दे बारे, चैप्टर 3 ते 4 अपना इस दे रिगार्डिंग सी। ਉਸ ਨੂੰ ਅੱਗੇ ਚੱਲਦੇ ਹੋਏ ਹੁਣ ਆਪਾਂ ਇਸ ਦੀ ਗੱਲ ਕਰਦੇ ਹਾਂ। 10th ਕਲਾਸ ਦੇ ਵਿੱਚ ਦੋ ਚਲਾਂ ਵਿੱਚ ਰੇਖੀ ਸਮੀਕਰਨ, 9th ਕਲਾਸ 'ਚ ਆਪਾਂ ਗੱਲ ਕੀਤੀ ਸੀ ਕੋਈ ਵੀ ਸਮੀਕਰਨ ਇਸ ਰੂਪ ਵਿੱਚ ਹੋਵੇ ਉਸ ਨੂੰ ਦੋ ਚਲਾਂ ਦੀ ਰੇਖੀ ਸਮੀਕਰਨ ਬੋਲਦੇ ਹੈ। ਐਕਸ ਅਤੇ ਵਾਈ ਚਲ ਨੇ, ਏ ਇੱਕ ਬੀ ਇੱਕ ਸੀ ਇੱਕ, ਇੱਥੇ ਕੋਨਸਟੈਂਟ ਕਹਿ ਲਈਏ ਜਾਂ ਅਚਲ ਨੇ। ਪਰ ਆਪਾਂ ਜੋ ਗੱਲ ਕਰਨੀ ਹੈ, ਆਪਾਂ ਦੋ ਸਮੀਕਰਨਾਂ ਦੀ ਉਰੇ ਗੱਲ ਕਰਨੀ ਹੈ, ਤਾਂ ਦੋ ਸਮੀਕਰਨਾਂ ਬੇਟਾ ਆਪਾਂ ਆ ਲੈ ਕੇ ਚੱਲਾਂਗੇ। ਮੈਥ ਦਾ ਇੱਕ ਸਿੱਧਾ ਜਿਹਾ ਸਿਸਟਮ ਹੈ, ਜਿੰਨੇ ਚੱਲ ਹੁੰਦੇ ਹੈ ਉਸ ਨੂੰ ਹੱਲ ਕਰਨ ਦੇ ਲਈ ਉਨੀਆਂ ਸਮੀਕਰਨਾਂ ਚਾਹੀਦੀਆਂ ਨੇ। ਇੱਥੇ ਦੋ ਚੱਲ ਨੇ ਤਾਂ ਆਪਾਂ ਨੂੰ ਦੋ ਸਮੀਕਰਨਾਂ ਚਾਹੀਦੀਆਂ ਨੇ। ਇਸ ਨੂੰ ਹੱਲ ਕਰਨ ਦੇ ਲਈ ਆਪਣੇ ਕੋਲ 4 ਮੈਥਡ ਆਪਣੇ ਸਿਲੇਬਸ 'ਚ ਨੇ। ਸਭ ਤੋਂ ਪਹਿਲਾਂ ਆਲੇਖ ਵਿਧੀ, ਜਿਸ ਨੂੰ ਗ੍ਰਾਫ ਵਿਧੀ ਵੀ ਬੋਲਦੇ ਆ। ਨੰਬਰ 2 ਪ੍ਰਤੀਸਥਾਪਨ ਵਿਧੀ, ਨੰਬਰ 3 ਵਿਲੋਪਨ ਵਿਧੀ, ਨੰਬਰ 4 ਤਿਰਛੀ ਗੁਣਾ ਵਿਧੀ। ਆ 4 ਵਿਧੀਆਂ ਦੀ ਆਪਾਂ ਇਸ ਚੈਪਟਰ ਦੇ ਵਿੱਚ ਗੱਲ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਕਿਹੜੀ ਆ ਗਈ? ਆਲੇਖ ਵਿਧੀ, ਪ੍ਰਤੀਸਥਾਪਨ ਵਿਧੀ, ਵਿਲੋਪਨ ਵਿਧੀ, ਤਿਰਛੀ ਗੁਣਾ ਵਿਧੀ। ਤਾਂ ਸਭ ਤੋਂ ਪਹਿਲਾਂ ਜੋ ਅੱਜ ਦਾ ਆਪਣਾ ਟੌਪਿਕ ਹੈ ਉਹ ਹੈਗਾ ਆਲੇਖ ਵਿਧੀ ਰਾਹੀਂ ਸਮੀਕਰਨਾਂ ਨੂੰ ਹੱਲ ਕਰਨਾ। 9th ਕਲਾਸ ਜਦੋਂ ਆਪਾਂ ਗੱਲ ਕੀਤੀ ਸੀ, ਆਪਾਂ ਇੱਕ ਸਮੀਕਰਨ ਦੀ ਗੱਲ ਕੀਤੀ ਸੀ, ਤਾਂ ਜਦੋਂ ਗ੍ਰਾਫ ਬਣਾਏ ਸੀ, ਅਗਰ ਤੁਹਾਡੇ ਯਾਦ ਹੋਵੇ ਬੱਚਿਓ, ਤਾਂ ਇੱਕ ਸਮੀਕਰਨ ਇੱਕ ਰੇਖਾ ਬਣੀ ਸੀ। ਹੁਣ 10th ਕਲਾਸ ਜਿਹੜੀ ਆਪਾਂ ਗੱਲ ਕਰਨੀ ਹੈ, ਆਪਾਂ ਦੋ ਸਮੀਕਰਨਾਂ ਦੀ ਗੱਲ ਕਰਨੀ ਹੈ, ਤਾਂ ਜਿਹੜਾ ਗ੍ਰਾਫ ਕੀ ਬਣਨਾ? ਦੋ ਰੇਖਾਵਾਂ ਬਣਨਾ, ਬਿਲਕੁਲ। ਤਾਂ ਦੋ ਰੇਖਾਵਾਂ ਬਣਨੀ ਹੈ, ਤਾਂ ਸਭ ਤੋਂ ਪਹਿਲਾ ਸਵਾਲ, ਪਹਿਲਾ ਕੁਸ਼ਚਨ, ਦੋ ਰੇਖਾਵਾਂ ਦੇ ਕੀ ਰੂਪ ਹੋ ਸਕਦੇ ਹੈ? ਆਪਾਂ ਜੇ ਛੋਟੀ ਦੀ ਗੱਲ ਕਰੀਏ, ਆਹ ਆਪਣਾ ਐਕਸ ਅਤੇ ਵਾਈ ਤੁਰ ਹੈ, ਮੈਂ ਇੱਥੇ ਦੋ ਰੇਖਾਵਾਂ ਬਣਾਉਣੀ ਹੈ। ਜਾਂ ਤਾਂ ਉਹ ਕੀ ਬਣਨਗੀਆਂ ਬੇਟਾ? ਕਾਟਵੀਆਂ ਰੇਖਾਵਾਂ, ਆਪਸ 'ਚ ਇੱਕ ਦੂਜੇ ਨੂੰ ਕੱਟਣਗੀਆਂ। ਜਾਂ ਇੱਕ ਦੂਸਰੇ ਦੇ ਸਮਾਂਤਰ ਹੋਣਗੀਆਂ, ਜਾਂ ਇੱਕ ਰੇਖਾ ਦੇ ਉੱਪਰ ਦੂਸਰੀ ਰੇਖਾ ਆ ਜਾਣੀ ਹੈ। ਇਹ ਹੁੰਦੀਆਂ ਨੇ ਸੰਪਾਤੀ ਰੇਖਾਵਾਂ, ਇਹ ਨਵੀਆਂ ਰੇਖਾਵਾਂ ਨੇ ਜਿਸ ਬਾਰੇ ਤੁਸੀਂ 10th ਕਲਾਸ 'ਚ ਗੱਲ ਕਰੋਗੇ। ਤਾਂ ਆਪਣੇ ਕੋਲ 3 ਤਰ੍ਹਾਂ ਦਾ ਗ੍ਰਾਫ ਬਣਨਾ, ਕਾਟਵੀਆਂ ਰੇਖਾਵਾਂ, ਸਮਾਂਤਰ ਰੇਖਾਵਾਂ, ਸੰਪਾਤੀ ਰੇਖਾਵਾਂ। ਸਭ ਤੋਂ ਇੰਪੋਰਟੈਂਟ ਗੱਲ, ਜਿੰਨੇ ਰੇਖਾਵਾਂ ਦੇ ਕਾਟ ਬਿੰਦੂ ਹੁੰਦੇ ਨੇ ਉਹਦਾ ਆਂਸਰ ਹੁੰਦਾ। ਇੱਥੇ ਦੇਖੋ ਧਿਆਨ ਨਾਲ, ਇੱਕ ਬਿੰਦੂ ਹੈ ਤਾਂ ਇਹਦਾ ਆਂਸਰ ਇੱਕ ਆਂਸਰ ਹੈ, ਕਿਉਂਕਿ ਇੱਕ ਥਾਂ 'ਤੇ ਕੱਟਦੀਆਂ ਨੇ। ਇੱਥੇ ਦੇਖੋ ਰੇਖਾਵਾਂ ਕਿਤੇ ਨਹੀਂ ਕੱਟਦੀਆਂ, ਨਹੀਂ ਕੱਟ ਰਹੀਆਂ, ਕਿਉਂਕਿ ਸਮਾਂਤਰ ਨੇ, ਆਪਾਂ ਨੂੰ ਪਤਾ ਸਮਾਂਤਰ ਰੇਖਾਵਾਂ ਕਿਤੇ ਨਹੀਂ ਕੱਟਦੀਆਂ। ਤਾਂ ਇਹਦਾ ਮਤਲਬ ਇੱਥੇ ਕੋਈ ਕਾਟ ਬਿੰਦੂ ਨਹੀਂ। ਅਗਰ ਕੋਈ ਕਾਟ ਬਿੰਦੂ ਨਹੀਂ ਤਾਂ ਇਹਦਾ ਮਤਲਬ ਕੀ ਹੋ ਗਿਆ ਰਾਜੇ? ਇਸ ਦਾ ਕੋਈ ਹੱਲ ਨਹੀਂ। ਹੁਣ ਸੰਪਾਤੀ ਰੇਖਾਵਾਂ ਦੀ ਗੱਲ ਕਰਦੇ ਹਾਂ। ਸੰਪਾਤੀ ਰੇਖਾਵਾਂ ਹੋ ਗਈਆਂ ਬੱਚਿਓ ਅਸਲ 'ਚ ਰੇਖਾ ਦੇ ਉੱਪਰ ਰੇਖਾ। ਹਾਂਜੀ, ਇੱਕ ਰੇਖਾ ਦੇ ਉੱਪਰ ਰੇਖਾ, ਇਹਦਾ ਮਤਲਬ ਉਰੇ ਕਿੰਨੇ ਕਾਟ ਬਿੰਦੂ ਨੇ? ਸਭ ਤੋਂ ਵੱਡੀ ਕੁਸ਼ਚਨ ਦੇਖੋ, ਆ ਸਾਰੇ ਕਾਟ ਬਿੰਦੂ ਨੇ ਇੱਥੇ, ਅਤੇ ਕਿੰਨੇ ਨੇ? ਅਨਗਿਣਤ। ਤਾਂ ਇੱਥੇ ਅਸਲ ਦੇ ਵਿੱਚ ਰਾਜੇ ਅਨੰਤ ਜਾਂ ਅਨਗਿਣਤ ਕਾਟ ਬਿੰਦੂ ਨੇ। ਅਤੇ ਜੇ ਅਨਗਿਣਤ ਕਾਟ ਬਿੰਦੂ ਨੇ ਤਾਂ ਇਸ ਕੇਸ ਦੇ ਵਿੱਚ ਕੀ ਹੋਣਗੇ? ਆਪਣੇ ਕੋਲ ਅਨੇਕਾਂ ਹੱਲ ਹੋਣਗੇ। ਤਾਂ ਦੇਖੋ ਆਪਾਂ ਕੀ ਚੈੱਕ ਕੀਤਾ,
ਅਗਰ ਕਾਟਵੀਆਂ ਰੇਖਾਵਾਂ ਨੇ ਇੱਕ ਹੱਲ ਹੈ, ਸਮਾਂਤਰ ਰੇਖਾਵਾਂ ਨੇ ਕੋਈ ਹੱਲ ਨਹੀਂ, ਸੰਪਾਤੀ ਰੇਖਾਵਾਂ ਨੇ ਅਨੇਕਾਂ ਹੱਲ ਨੇ। ਤਾਂ ਅਗਰ ਦੇਖਿਆ ਜਾਵੇ ਆਪਣੇ ਕੋਲ ਤਿੰਨ ਤਰ੍ਹਾਂ ਦੇ ਹੱਲ ਹੋ ਗਏ, ਇੱਕ ਹੱਲ, ਕੋਈ ਹੱਲ ਨਹੀਂ, ਤੀਸਰਾ ਅਨੇਕਾਂ ਹੱਲ। ਬਿਲਕੁਲ ਸਹੀ। ਤਾਂ ਇਸ ਤੋਂ ਬਾਅਦ ਹੁਣ ਆਪਾਂ ਹੱਲ ਦੀ ਗੱਲ ਕਰਨੀ ਹੈ ਕਿ ਹੱਲ ਦੇ ਨੂਮ ਨੂੰ ਵੀ ਆਪਾਂ ਦੋ ਤਰੀਕਿਆਂ 'ਚ ਵੰਡਿਆ ਹੋਇਆ, ਦੋ ਤਰੀਕੇ। ਅਸਲ 'ਚ ਆਪਣੇ ਕੋਲ ਤਿੰਨ ਹੱਲ ਨੇ ਪਰ ਇਹਨਾਂ ਨੂੰ ਦੋ ਹੱਲਾਂ 'ਚ ਵੰਡਿਆ ਗਿਆ, ਸੰਗਤ ਹੱਲ, ਅਸੰਗਤ ਹੱਲ। ਇੰਗਲਿਸ਼ ਕੰਸਿਸਟੈਂਟ, ਇਨਕੰਸਿਸਟੈਂਟ। ਕੰਸਿਸਟੈਂਟ ਦਾ ਮਤਲਬ ਹੁੰਦਾ ਹੱਲ ਹੋਵੇ, ਕੰਸਿਸਟੈਂਟ ਦਾ ਮਤਲਬ ਕੀ ਹੁੰਦਾ, ਸੰਗਤ ਦਾ ਮਤਲਬ ਕੀ ਹੁੰਦਾ, ਹੱਲ ਹੋਵੇ। ਉਹ ਚਾਹੇ ਇੱਕ ਹੱਲ ਹੋਵੇ, ਉਹ ਚਾਹੇ ਅਨੇਕਾਂ ਹੱਲ ਹੋਣ, ਠੀਕ ਹੋਈ। ਕੰਸਿਸਟੈਂਟ ਸੰਗਤ ਹੱਲ ਦਾ ਮਤਲਬ ਕੀ ਹੋਇਆ, ਹੱਲ ਹੋਣਾ ਚਾਹੀਦਾ, ਚਾਹੇ ਇੱਕ ਹੋਵੇ ਚਾਹੇ ਅਨੇਕਾਂ ਹੋਣ। ਅਤੇ ਅਸੰਗਤ ਦਾ ਮਤਲਬ ਨਹੀਂ ਹੋਣਾ ਚਾਹੀਦਾ। ਤਾਂ ਇਹਦਾ ਕੇਸ ਕੀ ਆ ਗਿਆ, ਕੋਈ ਹੱਲ ਨਹੀਂ। ਦੁਬਾਰਾ ਫਿਰ ਪਿਛਲੇ ਪੇਜ 'ਤੇ ਮੈਂ ਗੱਲ ਕਰ ਰਿਹਾ, ਜਦੋਂ ਇੱਕ ਹੱਲ ਸੀ ਤਾਂ ਰੇਖਾਵਾਂ ਕੀ ਸੀ ਆਪਣੇ ਕੋਲ, ਕਾਟਵੀਆਂ ਰੇਖਾਵਾਂ। ਜਦੋਂ ਅਨੇਕਾਂ ਹੱਲ ਸੀ, ਰੇਖਾਵਾਂ ਕੀ ਸੀ ਆਪਣੇ ਕੋਲ, ਸੰਪਾਤੀ ਰੇਖਾਵਾਂ। ਬਿਲਕੁਲ ਸਹੀ। ਜਦੋਂ ਕੋਈ ਹੱਲ ਨਹੀਂ ਸੀ ਉਸ ਟਾਈਮ ਕਿਹੜੀਆਂ ਰੇਖਾਵਾਂ ਸੀ ਆਪਣੇ ਕੋਲ, ਸਮਾਂਤਰ ਰੇਖਾਵਾਂ। ਇਹ ਗੱਲ ਆਪਾਂ ਕੀਤੀ ਹੈ, ਰੇਖਾਵਾਂ ਕਿਹੋ ਜਿਹੀਆਂ ਨੇ, ਕਿਸ ਟਾਈਪ ਦਾ ਹੱਲ ਆਪਾਂ ਨੂੰ ਦੇਣਗੀਆਂ।